ਸੋ ਮੈਂ ਇਹ ਜਿਹੜਾ ਲਾਈਵ ਹੋ ਰਿਹਾ ਹੈ ਗਿੱਦੜਬੇ ਵਾਲਿਆਂ ਸੇ ਹੋ ਰਿਹਾ ਮੈਨੂੰ ਪਤਾ ਨਹੀਂ ਸੀ ਰਾਤ 4 ਵਜੇ ਕੁਝ ਲੋਕਾਂ ਦੇ ਟੈਲੀਫੋਨ ਆਏ ਔਰ ਪਤਾ ਲੱਗਿਆ ਕਿ ਕੁਝ ਲੋਕਾਂ ਨੂੰ ਸਾਡਿਆਂ ਨੂੰ ਸਿੰਬਲ ਮਿਲੇ ਹੋਏ ਸੀਗੇ ਜਿਹੜੇ ਯਾਨੀ ਕਿ ਸਰਪੰਚੀ ਦੇ ਚੁਣਾਵ ਦੇ ਸਿੰਬਲ ਮਿਲ ਗਏ ਸੀ ਅਤੇ ਉਹ ਸਿੰਬਲ ਕੈਂਸਲ ਕਰਕੇ 29 ਤੋਂ 30 ਪਿੰਡਾਂ ਦੇ ਟੋਟਲ 52 ਪਿੰਡ ਹੈ ਸਾਡੇ 29 ਤੋਂ 30 ਪਿੰਡਾਂ ਦੇ ਸਰਪੰਚਾਂ ਦੇ ਕਾਗਜ਼ ਜਿਹੜੇ ਆ ਉਹ ਕੈਂਸਲ ਕਰਤੇ ਇਹਦੇ ਤੋਂ ਇਹ ਮਤਲਬ ਹੈ ਕਿ ਇਹਦਾ ਮਤਲਬ ਚੁਣਾਵ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਪਾਰਟੀ ਜਿਹੜੀ ਲੋਕਤੰਤਰ ਦੀਆਂ ਗੱਲਾਂ ਕਰਦੀ ਸੀ ਜਾਂ ਜਿਹੜੀ ਕਹਿੰਦੇ ਸੀ ਕਿ ਅਸੀਂ ਨਵਾਂ ਬਦਲਾਵ ਲੈ ਕੇ ਆਵਾਂਗੇ ਉਹਨਾਂ ਨੇ ਬਦਲਾਵ ਦੇ ਰੰਗ ਵੈਸੇ ਤਾਂ ਪੂਰੇ ਪੰਜਾਬ 'ਚ ਵਿਖਾਏ ਪੂਰੇ ਪੰਜਾਬ 'ਚ ਵੇਖਣ ਨੂੰ ਮਿਲੇ ਲੇਕਿਨ ਇੱਥੇ ਬੜੀ ਸਕੀਮ ਦੇ ਨਾਲ ਲੋਕਾਂ ਤੋਂ ਪੈਸੇ ਲੈ ਲਏ ਕਾਗਜ਼ ਭਰਾ ਲਏ ਖਜ਼ਾਨੇ 'ਚ ਪੈਸੇ ਪਾ ਲਏ ਲੋਕਾਂ ਦੀ 4-4 ਦਿਨ ਖੱਜਲ ਖੁਆਰੀ ਕੀਤੀ ਲਿਸਟਾਂ ਲਾਤੀਆਂ ਕਾਗਜ਼ ਸਹੀ ਹੈ ਔਰ ਉਸ ਤੋਂ ਬਾਅਦ ਅੱਜ ਰਾਤ ਨੂੰ 4 ਵਜੇ ਕਾਗਜ਼ ਜਿਹੜੇ ਆ ਸਾਰੇ ਰੱਦ ਕਰਦੇ 29 ਪੰਚਾਇਤਾਂ ਜਿਹੜੀਆਂ ਹੈਗੀਆਂ ਉਹ ਸਿੱਧੀਆਂ ਜੇਤੂ ਕਰਾਰ ਦੇ ਦਿੱਤੀਆਂ ਗਈਆਂ ਸੋ ਮੈਂ ਵਧਾਈ ਦੇਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਕਿ ਬਈ 29 ਸਰਪੰਚ ਗਿੱਦੜਬਾ 'ਚ ਤੁਹਾਡੇ ਬਣ ਗਏ ਆ ਹੁਣ ਬਾਈ ਇਲੈਕਸ਼ਨ ਆ ਬੜਾ ਫਾਇਦਾ ਕਰਾਂਗੇ ਅਸੀਂ ਤੁਹਾਡਾ ਜਿਹੜੇ ਲੋਕਾਂ ਨੂੰ ਇਸ ਗੱਲ ਦਾ ਫਾਇਦਾ ਸੀਗਾ ਕਿ ਸਰਪੰਚਾਂ ਨੇ ਉਹਨਾਂ ਦੇ ਘਰਾਂ 'ਚ ਆਉਣਾ ਸੀਗਾ ਔਰ ਜਨਾਬੇ ਵਾਲੀ ਮੈਂ ਤੁਹਾਨੂੰ ਦੱਸਦਿਆਂ ਇਹ ਨਹੀਂ ਹੋਇਆ ਪਹਿਲਾਂ ਗਿੱਦੜਬਾ 'ਚ ਕਦੇ ਜਿਸ ਪ੍ਰਕਾਰ ਦਾ ਤੁਸੀਂ ਮਾਹੌਲ ਬਣਾਇਆ ਕਿ ਗਿੱਦੜਬਾ 'ਚ ਕਾਗਜ਼ ਕੈਂਸਲ ਹੁਣ ਬਾਈ ਇਲੈਕਸ਼ਨ ਆਊਗਾ ਫਿਰ ਮੇਰੇ ਵੀ ਕਾਗਜ਼ ਕੈਂਸਲ ਕਰਾ ਦਿਓ ਆਹ ਜਿਹੜਾ ਐਸ ਡੀ ਐਮ ਲਾਇਆ ਤੁਸੀਂ ਜਿਹਦੇ ਗਲੇ 'ਚ ਪੱਟਾ ਪਾਇਆ ਹੋਇਆ ਹੈ ਜਿਹਦਾ ਨਾਂ ਜਸਪਾਲ ਸਿੰਘ ਹੈ ਗੱਲਾਂ ਤਾਂ ਬੜੀਆਂ ਵੱਡੀਆਂ ਵੱਡੀਆਂ ਕਰਦਾ ਇਹ ਲੇਕਿਨ ਹੁਣ ਇਹਦੀ ਸ਼ੂਗਰ ਘਟੀ ਪਈ ਹੈ ਫੋਨ ਨਹੀਂ ਚੱਕਦਾ ਵਧੀ ਪਈ ਹੈ ਕੋਈ ਕਹਿੰਦਾ ਇਹਦਾ ਦੋਸਤ ਦਾ ਫੋਨ ਆਇਆ ਸੀ ਭੋਲਾ ਸਾਡਾ ਐਮ ਸੀ ਹੈ ਉਹ ਕਹਿੰਦਾ ਵੀ ਉਹਦਾ ਫੋਨ ਆਇਆ ਉਹਦੀ ਸ਼ੂਗਰ ਵੱਧ ਗਈ ਹੈ ਮੈਂ ਕਿਹਾ ਅਜੇ ਤਾਂ ਘਟਣੀ ਵੀ ਹੈ ਜੇ ਜਸਪਾਲ ਸਿਆ ਸਮਾਂ 2 ਸਾਲਾਂ ਬਾਅਦ ਤੇਰਾ ਇਲਾਜ ਨਾ ਕੀਤਾ ਤਾਂ ਮੈਨੂੰ ਕੁਲਦੀਪ ਸਿੰਘ ਦਾ ਪੁੱਤ ਨਾ ਕਹੀਂ ਔਰ ਜਿਹਨੇ ਜਿਹਨੇ ਸਾਨੂੰ ਭਾਜੀ ਪਾਈ ਆ ਔਰ ਅਸੀਂ ਭਾਜੀ ਮੋੜੀ ਹੈ ਹਮੇਸ਼ਾ ਜ਼ਿੰਦਗੀ 'ਚ ਔਰ ਇਹ ਹੁਣ ਸ਼ੂਗਰ ਇੱਦਾਂ ਹੀ ਘਟਦੀ ਵੱਧਦੀ ਰਹੂਗੀ ਇੱਕ ਹੈਗਾ ਬਈ ਡੀ ਸੀ ਉਹਦਾ ਨਾਂ ਹੈ ਤ੍ਰਿਪਾਠੀ ਤ੍ਰਿਪਾਠੀ ਤਾਂ ਹੈ ਨਹੀਂ ਮੈਨੂੰ ਹੋਰ ਹੀ ਕੁਝ ਲੱਗਦਾ ਹੈ ਕਿਉਂਕਿ ਇਹਦੀ ਤ੍ਰਿਪਾਠੀ ਸਾਹਿਬ ਵਾਲੀ ਤਾਂ ਕੋਈ ਸ਼ਕਲ ਨਹੀਂ ਲੱਗਦੀ ਜਿਸ ਪ੍ਰਕਾਰ ਦੀ ਸ਼ਕਲ ਔਰ ਸੂਰਤ ਹੈ ਔਰ ਇਹ ਜਿਵੇਂ ਪਿੰਡ ਦਾ ਚੌਕੀਦਾਰ ਕਰਦਾ ਹੁੰਦਾ ਇਸ ਤਰ੍ਹਾਂ ਡੀ ਸੀ ਦਾ ਬਿਹੇਵੀਅਰ ਹੈ ਆਈ ਏ ਐੱਸ ਦੇ ਨਾਮ ਨੂੰ ਇਹਨਾਂ ਨੇ ਮੈਂ ਸਮਝਦਾ ਕਿ ਦਾਗ ਲਾਤਾ ਆਈ ਏ ਐੱਸ ਦਾ ਬਹੁਤ ਵੱਡਾ ਉੱਚਾ ਰੁਤਬਾ ਹੈ ਪੰਜਾਬ ਦੇ ਅੰਦਰ ਔਰ ਆਈ ਏ ਐੱਸ ਔਫਿਸਰ ਬਹੁਤ ਚੰਗੇ ਵੀ ਹੈ ਇੱਥੇ ਪਹਿਲਾਂ ਡੈਪਟੀ ਕਮਿਸ਼ਨਰ ਲੱਗੇ ਰਹੇ ਉਹਨਾਂ ਨੇ ਆਪਦੇ ਡੈਪਟੀ ਕਮਿਸ਼ਨਰ ਦੀ ਕੁਰਸੀ ਦਾ ਗਰੀਮਾ ਦਾ ਸਨਮਾਨ ਰੱਖਿਆ ਲੇਕਿਨ ਇਹਨਾਂ ਲੋਕਾਂ ਨੇ ਮੈਂ ਤਮਾਮ ਆਈ ਏ ਐੱਸ ਔਫਿਸਰ ਸਾਹਿਬਾਨਾਂ ਨੂੰ ਦੱਸਣਾ ਚਾਹੁੰਦਾ ਇਹ ਜਿਹੜੇ ਥੱਲਿਓਂ ਚੱਲ ਕੇ ਆਏ ਤੁਸੀਂ ਆਈ ਏ ਐੱਸ ਔਫਿਸਰ ਬਣਾਤੇ ਇਹਨਾਂ ਲੋਕਾਂ ਨੇ ਤੁਹਾਡੀ ਲੋਕਾਂ ਦੀ ਵੀ ਮਿੱਟੀ ਪਲੀਤ ਕਰ ਦਿੱਤੀ ਹੈ ਆਹ ਜਿਹੜਾ ਤ੍ਰਿਪਾਠੀ ਵਰਗੇ ਜਿਹੜੇ ਲੋਕ ਆਏ ਇਹ ਜਿਵੇਂ
ਬੰਦਾ ਇਹਨੂੰ ਆਰਡਰ ਮਾਰੀਦਾ ਨਾ ਏਦਾਂ ਫਾਈਲਾਂ ਫੋਟੋ ਏਦਾਂ ਖਿਚਾਉਂਦਾ ਇਹ ਲੀਡਰਾਂ ਦੇ ਨਾਲ ਜਿਵੇਂ ਇਹਦੀ ਕਦੇ ਫੋਟੋ ਨਹੀਂ ਖਿੱਚੀ ਹੁੰਦੀ ਕਿਸੇ ਮੰਤਰੀ ਦੇ ਨਾਲ, ਇਹਦੀ ਅਖਬਾਰਾਂ 'ਚ ਫੋਟੋ ਦੇਖ ਲਓ, ਇਹ ਐ ਮੂੰਹ ਕੱਢ ਕੇ ਫੋਟੋ ਖਿਚਾਉਂਦਾ ਕਿ ਜਿਵੇਂ ਆਮ ਬੰਦਾ ਕੋਈ ਜਿਹਨੇ ਵਿਚਾਰੇ ਨੇ ਕੁਝ ਵੇਖਿਆ ਨਹੀਂ, ਕਿਉਂਕਿ ਇਹਨੂੰ ਇਹ ਕਹਿ ਕੇ ਲਾਇਆ ਗਿਆ ਡੀਸੀ, ਤੈਨੂੰ ਡੀਸੀ ਦਾ ਲਾਉਣਾ ਨਹੀਂ, ਇਹਨੂੰ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਡਿਪਟੀ ਕਮਿਸ਼ਨਰ ਨਹੀਂ ਲਾਇਆ, ਕਿਉਂਕਿ ਇਹ ਕਾਬਲ ਹੀ ਨਹੀਂ ਸੀਗਾ, ਜੇ ਕਾਬਲ ਹੁੰਦਾ ਤਾਂ ਇਹਨੂੰ ਡੀਸੀ ਪਹਿਲਾਂ ਲਾ ਦਿੰਦੇ ਕਿਤੇ। ਸੋ ਪਹਿਲੀ ਵਾਰੀ ਇਸ ਸਰਕਾਰ ਨੇ ਇਹਨੂੰ ਡੀਸੀ ਲਾਇਆ, ਡਿਪਟੀ ਕਮਿਸ਼ਨਰ ਲਾਇਆ, ਹਾਲਾਂਕਿ ਇਹਦੀ ਰਿਟਾਇਰਮੈਂਟ ਹੋ ਜਾਣੀ ਹੈ ਕੋਈ 2-4-5 ਸਾਲਾਂ ਨੂੰ। ਸੋ ਇਸ ਬੰਦੇ ਨੇ ਮੁੱਖ ਮੰਤਰੀ ਸਾਹਿਬ ਦੇ ਇਹ ਸਾਰਾ ਜਿਹੜਾ ਅਡੰਬਰ ਰਚਿਆ। ਸੋ ਚਲੋ ਮੁਬਾਰਕਾਂ ਤੁਹਾਨੂੰ, ਹਜੇ ਤਾਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੇ ਹਟਾਉਣਾ ਵੀ ਦੋਵਾਂ ਜਾਣਿਆਂ ਨੂੰ, ਜਦੋਂ ਗਿੱਦੜਬੇ ਦੀ ਜਿਮਨੀ ਚੋਣ ਹਾਰੋਂਗੇ ਨਾ ਉਦੋਂ ਤੁਸੀਂ ਲਾਹ ਦਿੱਤੇ ਜਾਓਗੇ, ਕਿਉਂਕਿ ਸਾਰੇ ਦਾ ਸਾਰਾ ਜਿਹੜਾ ਦੋਸ਼ ਹੈ ਉਹ ਮਿਸਟਰ ਜਿਹੜਾ ਹੈਗਾ ਮਹਿੰਦਰਾ, ਇਹਨੂੰ ਕਹਿਣਾ ਹੀ ਨਹੀਂ ਚਾਹੁੰਦਾ ਵੀ ਇਹ ਤੂੰ ਤ੍ਰਿਪਾਠੀ ਹੈ, ਤੂੰ ਹੈ ਹੀ ਕੁਝ ਹੋਰ। ਸੋ ਇਹਦੇ 'ਤੇ ਆਹ ਜਿਹੜਾ ਜਸਪਾਲ ਐਸ ਡੀ ਐਮ ਹੈ, ਹੁਣ ਜਾਂ ਤਾਂ ਜਸਪਾਲ ਸਿਆਂ ਇਹ ਕੰਮ ਕਰੀ ਜੇ ਖੁਸ਼ ਕਰਨਾ ਮੁੱਖ ਮੰਤਰੀ ਸਾਹਿਬ ਨੂੰ ਜਾਂ ਸਰਕਾਰ ਨੂੰ ਤਾਂ ਤੂੰ ਸਾਡੇ ਕਾਗਜ਼ ਹੀ ਉਡਾ ਦੀ ਭਰਾ ਮੇਰਿਆ, ਉਦੋਂ ਵੀ ਰੱਖਦੀ ਨਾ, ਇਹਨਾਂ ਗਰੀਬਾਂ ਨਾਲ ਕਿਉਂ ਧੱਕਾ ਕੀਤਾ ਹੈ? ਸਰਪੰਚੀਆਂ ਦੇ ਜਿਹੜੇ ਐਸ ਸੀ ਗਰੀਬ ਭਰਾ ਜਿਨ੍ਹਾਂ ਦੇ ਫਾਇਦੇ ਹੋਣੇ ਸੀ, ਗਲੀਆਂ 'ਚ ਜਾਣਾ ਸੀ, ਸਰਪੰਚਾਂ ਨੇ ਵੋਟਾਂ ਮੰਗਣ ਜਾਣਾ ਸੀ, ਹੱਥ ਜੋੜਨੇ ਸਨ, ਫਿਰ ਉਹਨਾਂ ਨੇ ਉਹਨਾਂ ਤੋਂ ਮੋਹਰ ਲਵਾਉਣੀ ਸੀ, ਹੁਣ ਇਹ ਜਿਹੜੇ ਜੇਤੂ ਕਰਾਰ ਦੇਤੇ ਇਹਨਾਂ ਨੇ ਤਾਂ ਕਿਸੇ ਦੇ ਕੋਲ ਜਾਣਾ ਹੀ ਨਹੀਂ। ਔਰ ਵਿਚਾਰੇ ਲੋਕਾਂ ਨੂੰ ਇਹ ਕਹਿਣਗੇ ਅਸੀਂ ਕਿਹੜਾ ਵੋਟਾਂ ਲਈਆਂ। ਸੋ ਮੇਰੇ ਕਹਿਣ ਦਾ ਮਤਲਬ ਪਿੰਡਾਂ ਦੇ ਗਰੀਬਾਂ ਦੀਆਂ ਬਦ ਸੀਸਾਂ ਤੁਹਾਨੂੰ ਦੋਵਾਂ ਨੂੰ ਮਿਲਣੀਆਂ ਜੋ ਤੁਸੀਂ ਕੰਮ ਕੀਤਾ। ਅਤੇ ਤੀਜਾ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸਾਹਿਬਾਨ ਹੈ, ਨਵੇਂ ਆਮ ਆਦਮੀ ਪਾਰਟੀਆਂ ਜੁਆਇਨ ਕੀਤੀਆਂ ਜਿਹਨਾਂ ਲੋਕਾਂ ਨੇ, ਆਹ 3-4-2 ਆ ਹੋਰ ਹੈ, ਮੇਰੀ ਬੇਨਤੀ ਹੈ ਪਿੰਡਾਂ ਵਾਲਿਓ, ਮੈਂ ਆ ਰਿਹਾ ਠੀਕ ਚੱਲਣ ਲੱਗਿਆ ਅਤੇ ਮੈਂ 11:30 ਵਜੇ ਪਹੁੰਚ ਜੂੰਗਾ ਗਿੱਦੜਬਾ, ਅਤੇ ਸਾਰੇ ਜਾਣੇ ਐਸ ਡੀ ਐਮ ਦੇ ਦਫ਼ਤਰ 'ਚ ਤੁਸੀਂ ਆ ਜਾਓ ਤਾਂ ਜੋ ਆਪਾਂ ਇਹਨਾਂ ਨਾਲ ਹਿਸਾਬ ਕਿਤਾਬ ਕਰ ਲਈਏ, ਜੋ ਹੋਊਗਾ ਫਿਰ ਵੇਖੀ ਜਾਊਗੀ। ਸੋ ਮੇਰੀ ਤੁਹਾਨੂੰ ਬੇਨਤੀ ਹੈ ਸਾਰੇ ਜਾਣੇ, ਫਿਰ ਆਪਾਂ ਅਗਲਾ ਫੈਸਲਾ ਉੱਥੇ ਲਵਾਂਗੇ ਕਿ ਉਦੋਂ ਬਾਅਦ ਉਹ ਤ੍ਰਿਪਾਠ ਜਿਹੜਾ ਇਹਦੇ ਜਾਣਾ, ਡੀ ਸੀ ਦੇ ਜਾਣਾ ਹੈ ਕਿ ਫਿਰ ਐਸ ਡੀ ਐਮ ਨੂੰ ਘੇਰਨਾ। ਅਤੇ ਮੇਰੀ ਬੇਨਤੀ ਹੈ, ਹੁਣ ਐਸ ਡੀ ਐਮ ਐਡਾ ਉੱਚਾ ਲੰਮਾ ਜੱਟਾਂ ਦਾ ਮੁੰਡਾ, ਆਪਦੇ ਆਪ ਨੂੰ ਬਹੁਤ ਘੈਂਟ ਕਹਿੰਦਾ, ਇਹਨੂੰ ਕਹਿ ਐਸ ਡੀ ਐਮ ਦਫ਼ਤਰ ਆ ਅੱਜ। ਸੋ ਐਸ ਡੀ ਐਮ ਦਫ਼ਤਰ ਆਓ ਤਾਂ ਫਿਰ ਪਤਾ ਲੱਗਣਾ ਵੀ ਕੀ ਹੋਣਾ। ਔਰ ਇੱਕ ਮੇਰੀ ਬੇਨਤੀ ਹੈ ਤੁਹਾਨੂੰ ਯਾਰ ਦੋਸਤੋ, ਜਿੰਨੇ ਵੀ ਪਿੰਡਾਂ 'ਚ ਇਹ ਗੱਲ ਮੇਰੀ ਸੁਣ ਰਹੇ ਹੋ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਪਿੰਡਾਂ ਦੇ ਵਿਹੜਿਆਂ ਦੇ ਵਿੱਚ, ਪਿੰਡਾਂ ਦੇ ਮੁਹੱਲਿਆਂ ਦੇ ਗਲੀਆਂ ਦੇ ਵਿੱਚ ਇਹ ਵੀਡੀਓ ਪਹੁੰਚਾ ਦਿਓ ਕਿ ਆਮ ਆਦਮੀ ਪਾਰਟੀ ਨੇ ਸਰਪੰਚੀਆਂ ਦੇ ਕਾਗਜ਼ ਰੱਦ ਕਰ ਦਿੱਤੇ ਹੈ, ਹੁਣ ਸਰਪੰਚ ਤੁਹਾਡੇ ਬੂਹੇ 'ਤੇ ਨਹੀਂ ਆਉਣਗੇ, ਤੁਹਾਡਾ ਹੋਣ ਵਾਲਾ ਫਾਇਦਾ ਇਹਨਾਂ ਨੇ ਨੁਕਸਾਨ ਕਰਾਤਾ। ਤੁਹਾਨੂੰ ਕਈਆਂ ਨੂੰ ਪਰਿਵਾਰਾਂ ਨੂੰ ਫਾਇਦਾ ਹੋਣਾ ਸੀ, ਕਈਆਂ ਦੀ ਗੱਲਬਾਤ ਸੁਣੀ ਜਾਣੀ ਸੀ, ਕਈਆਂ ਦੇ ਕੰਮ ਹੋਣੇ ਸਨ। ਸੋ ਤਕੜੇ ਹੋ ਕੇ ਹੁਣ ਇਹ ਜੇ ਆਪਾਂ ਸਾਰੇ ਅਣਖਰ ਗੈਰਤ ਵਾਲੇ ਹੈ ਤਾਂ ਆਮ ਆਦਮੀ ਪਾਰਟੀ ਦੇ ਇਹਨਾਂ ਲੀਡਰਾਂ ਨੂੰ ਪਿੰਡ 'ਚ ਨਹੀਂ ਵੜਨ ਦਿਆਂਗੇ, ਜਿਵੇਂ ਕਿਸਾਨ ਯੂਨੀਅਨ ਵਾਲੇ ਮੋਰਚਾ ਲਾ ਕੇ ਬੀਜੇਪੀ ਵਾਲਿਆਂ ਦੀ ਮੁਖਾਲਫਤ ਉਹਨਾਂ ਨੇ ਕਰਦੇ ਰਹੇ ਹੈ, ਇਸੇ ਤਰ੍ਹਾਂ ਇਹਨਾਂ ਲੀਡਰਾਂ ਦਾ ਜਿਹੜੇ ਨਵੇਂ ਆਮ ਆਦਮੀ ਪਾਰਟੀ ਦੇ ਲੋਕ ਲੀਡਰ ਬਣੇ ਹੈ ਸਾਰੇ ਲੋਕ,
ਔਰ ਇਹਨਾਂ ਦਾ ਪਿੱਟ ਸਿਆਪਾ ਅਸੀਂ ਲੋਕਾਂ ਨੇ ਕਰਨਾ ਕਿਉਂਕਿ ਕਾਗਜ਼ ਇਹਨਾਂ ਨੇ ਤੁਹਾਡੇ ਕੈਂਸਲ ਕਰਾਏ ਹੈ। ਹਿੰਮਤ ਸੀ ਤਾਂ 30 ਪਿੰਡਾਂ 'ਚ ਚੁਣਾਵ ਲੜਦੇ, ਫਿਰ ਪਤਾ ਲੱਗਦਾ ਵੀ ਕੀ ਭਾਅ ਵਿਕਦੀ ਹੈ। ਸੋ ਮੇਰੀ ਤਾਂ ਬੇਨਤੀ ਹੈ ਸਰਕਾਰ ਨੂੰ ਕਿ ਇਹ ਸਰਪੰਚੀ ਦੇ ਕਾਗਜ਼ ਰੱਦ ਕਰਨੇ ਤਾਂ ਸਰਦਾਰ ਜੀ ਕਰਤੇ, ਸਵਾਲ ਤਾਂ ਫਿਰ ਹੈ ਵੀ ਜੇ MLA ਦੇ ਚੁਣਾਵ ਦੇ ਕਾਗਜ਼ ਰੱਦ ਕਰਾਏ ਤਾਂ ਫਿਰ ਮੈਂ ਮੰਗਾਂ ਵੀ ਵਾਕਈ ਜੁਰਤ ਵਾਲਾ ਤੇਰਾ RO ਲੱਗਿਆ ਅਤੇ ਜਾਂ ਤੇਰਾ DC ਲੱਗਿਆ। ਇਹ 1.5 ਮਹੀਨੇ ਦੇ ਮਹਿਮਾਨ ਹੈ, ਇਹਨਾਂ ਨੂੰ ਰਹਿਣ ਨਹੀਂ ਦੇਣਾ। ਇਲੈਕਸ਼ਨ ਕਮਿਸ਼ਨ ਦਿੱਲੀ ਨੂੰ ਵੀ ਮਿਲੂੰਗਾ, ਹਾਈ ਕੋਰਟ 'ਚ ਇਹਨਾਂ ਦੀ ਰਿੱਟ ਵੀ ਪਾਊਂਗਾ, ਤਰੀਕਾਂ 'ਤੇ ਦੱਬੀ ਫਿਰੂੰਗਾ, ਔਰ ਜਦੋਂ ਸਮਾਂ ਆ ਗਿਆ ਇਹਨਾਂ ਦੀਆਂ ਇਨਕੁਆਇਰੀਆਂ ਖੋਲ੍ਹ ਕੇ ਇਸੇ SDM ਦੀ ਅਤੇ ਇਸੇ DC ਨੂੰ ਇਹਨੂੰ ਮਜ਼ਾ ਚੁਕਾਵਾਂਗੇ। ਜੇ ਤੁਹਾਡੇ ਸਾਰੇ ਸਰਪੰਚਾਂ ਤੋਂ ਹੱਥ ਜੋੜ ਕੇ ਜਿਹੜੇ ਖੜ੍ਹੇ ਸੀ ਮਾਫ਼ੀ ਨਾ ਮੰਗਾਈ ਤਾਂ ਰਾਜਾ ਵੜਿੰਗਣਾ ਕਿਹੋ ਜਿਹੋ, ਅਤੇ ਤਗੜੇ ਹੋ ਜਾਓ, ਆ ਜਾਓ 11:30 ਵਜੇ ਉੱਥੇ ਪਹੁੰਚਦਾ ਮੈਂ। ਧੰਨਵਾਦ, ਗਿੱਦੜਵੇ ਵਾਲਿਓ, ਜਿਉਂਦੇ ਰਹੋ।